Hey guys, subscribe and press the bell icon to never miss a video from Gabru. Aaj main gal karan ja rahi hu Guru Randhawa de bare jo huge pop Punjabi sensation ban chuke ne apne peppy beat numbers de chalde jithe unna de gaanyan nu lokan ne Punjab de vich ta bahut zyada pyar ditta utthe unna de geetan nu lokan ne unna hi pyar ditta te unne khush hoye ne Bollywood industry de vich vi te utthe Bollywood industry de vich unna de gaanyan ne khoob dhuma machayi hai te haal hi de vich ek song release hoya ek sad romantic song ਪਛਤਾਓਗੇ ਜੋ ਕਿ ਇੱਕ ਲਵ ਐਂਥਮ ਬਣ ਚੁੱਕਾ ਹੈ ਅਤੇ ਇਸ ਗਾਣੇ ਨੂੰ ਪ੍ਰਜੈਂਟ ਕੀਤਾ ਸੀ ਟੀ ਸੀਰੀਜ਼ ਨੇ ਅਤੇ ਤੁਸੀਂ ਸੋਚ ਰਹੇ ਹੋਗੇ ਕਿ ਮੈਂ ਟੀ ਸੀਰੀਜ਼ ਔਰ ਗੁਰੂ ਰੰਧਾਵਾ ਦੀ ਗੱਲ ਕਿਉਂ ਕਰ ਰਹੀ ਹਾਂ ਅਤੇ ਹੁਣ ਇੱਕ ਵਾਰ ਫਿਰ ਤੋਂ ਗੁਰੂ ਰੰਧਾਵਾ ਅਤੇ ਟੀ ਸੀਰੀਜ਼ ਕੋਲਾਬਰੇਟ ਕਰਨ ਜਾ ਰਹੇ ਨੇ ਇੱਕ ਨਵੇਂ ਗਾਣੇ ਦੇ ਲਈ ਅਤੇ ਇਸ ਗਾਣੇ ਦੇ ਲਈ ਐਕਸਾਈਟਮੈਂਟ ਸਾਡੇ ਸਾਰਿਆਂ ਦੀ ਵੱਧ ਚੁੱਕੀ ਹੈ ਇਹਨਾਂ ਦੋਨਾਂ ਦਾ ਨਾਮ ਸੁਣਨ ਤੋਂ ਬਾਅਦ ਅਤੇ ਇੱਕ ਹੋਰ ਨਾਮ ਇਹਨਾਂ ਦੇ ਨਾਲ ਜੁੜ ਚੁੱਕਾ ਹੈ ਜਿਸ ਨੂੰ ਸੁਣਨ ਤੋਂ ਬਾਅਦ ਆਈ ਐਮ ਸ਼ੋਰ ਤੁਸੀਂ ਇਸ ਗਾਣੇ ਦੇ ਬਾਰੇ ਜਾਣਨਾ ਚਾਹੋਗੇ ਜੀ ਹਾਂ ਇਸ ਗਾਣੇ ਦੇ ਵਿੱਚ ਸਾਨੂੰ ਗੁਰੂ ਰੰਧਾਵਾ ਦੇ ਨਾਲ ਨਜ਼ਰ ਆਣਗੇ ਨੁਸਰਤ ਬਰੂਚਾ ਜੋ ਇਸ ਗਾਣੇ ਦੇ ਵਿੱਚ ਫੀਚਰ ਕਰਨਗੇ ਇਹ ਅਪਕਮਿੰਗ ਸੌਂਗ ਇੱਕ ਰੋਮਾਂਟਿਕ ਟਰੈਕ ਹੋਵੇਗਾ ਜਿਸ ਦਾ ਟਾਈਟਲ ਹੈ ਇਸ਼ਕ ਤੇਰਾ ਅਤੇ ਇਸ ਗਾਣੇ ਦੀ ਅਨਾਊਂਸਮੈਂਟ ਕੀਤੀ ਗਈ ਹੈ ਟੀ ਸੀਰੀਜ਼ ਵੱਲੋਂ ਨੁਸਰਤ ਬਰੂਚਾ ਵੱਲੋਂ ਅਤੇ ਉੱਥੇ ਗੁਰੂ ਰੰਧਾਵਾ ਵੱਲੋਂ ਉਹਨਾਂ ਦੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਗਾਣੇ ਦਾ ਅਫੀਸ਼ੀਅਲ ਪੋਸਟਰ ਰਿਲੀਜ਼ ਕਰਦੇ ਹੋਏ ਅਤੇ ਇਸ ਗਾਣੇ ਦਾ ਅਫੀਸ਼ੀਅਲ ਪੋਸਟਰ ਰਿਲੀਜ਼ ਕੀਤਾ ਗਿਆ ਗੁਰੂ ਰੰਧਾਵਾ ਦੇ ਜਨਮ ਦਿਨ ਦੇ ਮੌਕੇ 'ਤੇ ਅਤੇ ਆਓ ਫਿਰ ਚੈੱਕ ਕਰਦੇ ਇਸ ਗਾਣੇ ਦਾ ਅਫੀਸ਼ੀਅਲ ਪੋਸਟਰ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਨੁਸਰਤ ਨੇ ਲਿਖਿਆ ਹੈਪੀ ਬਰਥਡੇ ਗੁਰੂ ਅੱਜ ਹੈ ਗੁਰੂ ਕਾ ਬਰਥਡੇ ਬਟ ਵੀ ਹੈਵ ਅ ਗਿਫਟ ਫਾਰ ਯੂ ਆਲ ਹੇਅਰ ਇਜ਼ ਦਾ ਫਸਟ ਲੁੱਕ ਆਫ ਮਾਈ ਸਿੰਗਲ ਇਸ਼ਕ ਤੇਰਾ ਵਿਦ ਗੁਰੂ ਰੰਧਾਵਾ ਸੌਂਗ ਕਮਿੰਗ ਆਊਟ ਸੂਨ ਫਾਰ ਯੂ ਗਾਇਸ ਇਸ ਬਿਊਟੀਫੁਲ ਪੋਸਟਰ ਨੂੰ ਸ਼ੇਅਰ ਕਰਦੇ ਉੱਥੇ ਟੀ ਸੀਰੀਜ਼ ਨੇ ਲਿਖਿਆ ਯੋਰ ਫਸਟ ਲਵ ਵਿਲ ਆਲਵੇਜ਼ ਹੈਵ ਅ ਸਪੈਸ਼ਲ ਪਲੇਸ ਇਨ ਯੋਰ ਹਾਰਟ ਔਨ ਦ ਓਕੇਜ਼ਨ ਆਫ ਗੁਰੂ ਰੰਧਾਵਾ ਬਰਥਡੇ ਪ੍ਰੈਜੈਂਟਿੰਗ ਦ ਫਸਟ ਲੁੱਕ ਆਫ ਹਿਸ ਨੈਕਸਟ ਸਿੰਗਲ ਸਟਾਰਿੰਗ ਨੁਸਰਤ ਬਰੂਚਾ ਇਸ਼ਕ ਤੇਰਾ ਕਮਿੰਗ ਆਊਟ ਸੂਨ ਤੇ ਉਹ ਤੇ ਗੁਰੂ ਰੰਧਾਵਾ ਨੇ ਆਪਣੇ ਜਨਮ ਦਿਨ ਦੇ ਮੌਕੇ ਤੇ ਇਸ ਗਾਣੇ ਦਾ ਅਫੀਸ਼ੀਅਲ ਪੋਸਟਰ ਰਿਲੀਜ਼ ਕਰਦੇ ਹੋਏ ਲਿਖਿਆ ਔਨ ਮਾਈ ਬਰਥਡੇ ਹੇਅਰ ਇਜ਼ ਅ ਸਪੈਸ਼ਲ ਟ੍ਰੀਟ ਫਾਰ ਮਾਈ ਫੈਨਸ ਪ੍ਰੈਜੈਂਟਿੰਗ ਦ ਫਸਟ ਲੁੱਕ ਆਫ ਮਾਈ ਨਿਊ ਸਿੰਗਲ ਸਟਾਰਿੰਗ ਨੁਸਰਤ ਇਸ ਸੌਂਗ ਦੇ ਸੋਹਣੇ ਜਿਹੇ ਪੋਸਟਰ ਤੇ ਲਿਖਿਆ ਹੋਇਆ ਕਮਿੰਗ ਸੂਨ ਪਰ ਉੱਥੇ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਪੋਸਟ ਤੇ ਲਿਖਿਆ ਰਿਲੀਜ਼ਿੰਗ 4th ਸਪਟੈਂਬਰ ਯਾਨੀ ਕਿ ਇਹ ਗਾਣਾ ਰਿਲੀਜ਼ ਹੋਵੇਗਾ 4th ਆਫ ਸਪਟੈਂਬਰ ਨੂੰ ਟੀ ਸੀਰੀਜ਼ ਦੇ ਲੇਬਲ ਹੇਠ ਇਸ ਗਾਣੇ ਦੇ ਬਾਰੇ ਨੁਸਰਤ ਦਾ ਮੰਨਣਾ ਹੈ ਕਿ ਇਹ ਗਾਣਾ ਉਸ ਫੀਲਿੰਗ ਨੂੰ ਜਤਾਵੇਗਾ ਜਦੋਂ ਅਸੀਂ ਪਿਆਰ ਵਿੱਚ ਪੈਂਦੇ ਹਾਂ ਅਤੇ ਉੱਥੇ ਗੁਰੂ ਰੰਧਾਵਾ ਕਹਿੰਦੇ ਨੇ ਕਿ ਇਹ ਗਾਣਾ ਸੈਲੀਬ੍ਰੇਟ ਕਰੂਗਾ ਲਵ ਅਤੇ ਸਿੰਪਲਿਸਿਟੀ ਨੂੰ ਇਸ ਗਾਣੇ ਦੇ ਲਈ ਅਸੀਂ ਬਹੁਤ ਜ਼ਿਆਦਾ ਉਡੀਕ ਕਰ ਰਹੇ ਹਾਂ ਜਿਸ ਨੂੰ ਗਾਇਆ ਹੈ ਲਿਖਿਆ ਹੈ ਅਤੇ ਕੰਪੋਜ਼ ਕੀਤਾ ਹੈ ਸਾਡੇ ਆਪਣੇ ਗੱਭਰੂ ਗੁਰੂ ਰੰਧਾਵਾ ਨੇ ਜੋ ਬਹੁਤ ਜ਼ਿਆਦਾ ਟੈਲੈਂਟਡ ਨੇ ਅਤੇ ਉਹਨਾਂ ਦੇ ਹਿੱਟ ਸੌਂਗਸ ਨੂੰ ਤਾਂ ਅਸੀਂ ਹਮੇਸ਼ਾ ਇੰਜੋਏ ਕੀਤਾ ਹੈ ਚਾਹੇ ਹੋਵੇ ਉਹ ਗਾਣਾ ਹਾਈਡਰੇਟਡ ਗੱਭਰੂ ਲਾਹੌਰ ਕਿ ਹਾਲ ਹੀ ਦੇ ਵਿੱਚ ਹੋਇਆ ਰਿਲੀਜ਼ ਉਹਨਾਂ ਦਾ ਸੌਂਗ ਇੰਨੀ ਸੋਹਣੀ ਫਰਾਮ ਮੂਵੀ ਸਾਹੋ ਇਸ ਗਾਣੇ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਗਾਣੇ ਨੂੰ ਉਹਨਾਂ ਨੇ 4 ਲੈਂਗੁਏਜਸ ਦੇ ਵਿੱਚ ਗਾਇਆ ਹੈ ਜਿਸ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਅਤੇ ਉੱਥੇ ਇਹ ਪਹਿਲੀ ਵਾਰ ਹੋਵੇਗਾ ਕਿ ਨੁਸਰਤ ਅਤੇ ਗੁਰੂ ਰੰਧਾਵਾ ਇਕੱਠੇ ਆ ਰਹੇ ਨੇ ਇਸ ਮਿਊਜ਼ੀਕਲ ਵੀਡੀਓ ਦੇ ਲਈ ਅਤੇ ਜਿੱਥੇ ਲੋਕਾਂ ਨੇ ਪਛਤਾਓਗੇ ਸੌਂਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਅਤੇ ਗਾਣਾ ਲਵ ਐਂਥਮ ਤਾਂ ਬਣਿਆ ਹੀ ਹੋਇਆ ਅਸੀਂ ਉਮੀਦ ਕਰਦੇ ਹਾਂ ਕਿ ਟੀ ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਣ ਵਾਲਾ ਇਸ਼ਕ ਤੇਰਾ ਸੌਂਗ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਵੇਗਾ ਐਂਡ ਦਿਸ ਇਜ਼ ਗੋਨ ਟੂ ਬੀ ਦ ਨੈਕਸਟ ਲਵ ਐਂਥਮ 2 ਅਤੇ ਤੁਸੀਂ ਕਿੰਨੇ ਐਕਸਾਈਟਡ ਹੋ ਇਸ ਗਾਣੇ ਦੇ ਲਈ ਅਤੇ ਤੁਹਾਨੂੰ ਇਸ ਦਾ ਕਿਊਟ ਪੋਸਟਰ ਕਿਹੋ ਜਿਹਾ ਲੱਗਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਇਹੋ ਜਿਹੇ ਹੋਰ ਇੰਟਰਸਟਿੰਗ ਬਾਲੀਵੁੱਡ ਅਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਦਿੱਤੇ ਬੈਲ ਆਈਕਨ ਨੂੰ ਕਲਿੱਕ ਕਰੋ ਅਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗੱਭਰੂ ਐਪ ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰ